ਇਸ ਸਾਈਨ ਬੋਰਡ 'ਤੇ ਸੋਰਾ ਲਿਖਿਆ ਹੈ ਮੈਂ ਬਲਕਿ ਇੱਕ ਗੱਲ ਕਰਾਂਗਾ ਤੁਹਾਡੇ ਨਾਲ ਗੱਲਾਂ ਗੂੜੀਆਂ ਕਰਾਂਗੇ ਤੁਹਾਡੇ ਨਾਲ ਜੀ ਦੇਖੋ ਜੀ ਇਟਲੀ ਵਾਲਿਆਂ ਨੇ ਕਲਰ ਦੇ ਸਹਬ ਨਾਲ ਬੜੀ ਤਕਸੀਮ ਵੰਡ ਕੀਤੀ ਹੈ ਬੜੀ ਅੱਛੀ ਕਿ ਪਤਾ ਚੱਲ ਜਾਏ ਕਿ ਐਸ ਕਲਰ ਦਾ ਸਾਈਨ ਬੋਰਡ 'ਤੇ ਦਾ ਕੀ ਮਤਲਬ ਹੈ ਐਸ ਕਲਰ ਦਾ ਕੀ ਹੈ ਅੱਛਾ ਇਹਦੀ ਇਨਫੋਰਮੇਸ਼ਨ ਹੈ ਕਿ ਅਗਰ yellow ਸਾਈਨ ਬੋਰਡ ਮਿਲੇ ਪੀਲਾ ਤੇ ਇਹਦਾ ਮਤਲਬ ਇਹ ਲਾਵਰ ਉਸ ਤਰ੍ਹਾਂ ਦਾ ਕੰਮ ਚੱਲ ਰਿਹਾ ਹੈ ਹਾਂ ਅਗਰ ਕਿਤੇ ਵੀ ਰੋਡ ਤੇ ਤੁਹਾਨੂੰ ਪੀਲਾ ਸਾਈਨ ਬੋਰਡ ਮਿਲਿਆ ਹੈ ਇਹ ਬੇਸ ਕਲਰ ਨੂੰ ਦੇਖਣਾ ਹੈ ਜਿਹੜਾ ਅਸਲ ਚ ਥੱਲੇ ਮੇਨ ਕਲਰ ਹੈ ਨਾ ਉਹ ਕੀ ਹੈ ਪੀਲਾ ਇਹਦਾ ਮੇਨ ਕਲਰ ਕੀ ਹੈ ਬ੍ਰਾਊਨ ਇਹਨੂੰ ਨਾ ਦੇਖੋ ਚਿੱਟੇ ਨੂੰ ਇਹਨੂੰ ਛੱਡੋ ਜਿਹੜੀ ਲਿਖਾਈ ਹੋਈ ਉਹਨੂੰ ਵੀ ਛੱਡੋ ਜੋ ਡਰਾਇੰਗ ਡਿਜ਼ਾਈਨਿੰਗ ਹੈ ਉਹਨੂੰ ਛੱਡੋ ਕਲਰ ਕੀ ਹੈ ਬ੍ਰਾਊਨ ਇਹਦਾ ਬੇਸ ਕਲਰ ਕੀ ਹੈ ਥੱਲੇ ਵਾਲਾ ਗ੍ਰੀਨ ਇਹਦੀ ਡਿਜ਼ਾਈਨਿੰਗ ਉਹ ਨਹੀਂ ਲੈਣਾ ਇਹਦੇ ਚ ਵੀ ਬੇਸ ਥੱਲੇ ਵਾਲਾ ਕਲਰ ਕੀ ਹੈ ਬੇਸਿਕ ਓਏ ਜੀ ਨੀਲਾ ਇਹਦੇ ਚ ਬੇਸਿਕ ਕਲਰ ਕੀ ਹੈ ਥੱਲੇ ਵਾਲਾ ਵਾਈਟ ਡਿਜ਼ਾਈਨ ਨਹੀਂ ਲੈਣਾ ਤੇ ਉਹ ਇਹਨਾਂ ਦਾ ਫਿਰ ਹਿਸਾਬ ਹੈ ਮੈਂ ਥੱਲੇ ਲਿਖਿਆ ਹੈ ਕਿ ਪੀਲਾ ਸਾਈਨ ਬੋਰਡ ਹੋਵੇ ਤੇ ਸਮਝੋ ਕੰਮ ਚੱਲ ਰਹਾ ਹੈ ਲੇਵਰ ਉਸ ਤਰ੍ਹਾਂ ਦਾ ਤੁਹਾਨੂੰ ਇੱਥੇ ਮਿੱਟੀ ਕਚਰਾ ਵਗੈਰਾ ਥੋੜਾ ਡਿਸਟਰਬ ਕਰੇਗਾ ਅਗਰ ਬਰਾਊਨ ਸਾਈਨ ਬੋਰਡ ਤੇ ਟੂ ਰੈਸਟ ਇਨਫੋਰਮੇਸ਼ਨ ਹੈ ਹੈ ਨਾ ਅਗਰ ਗ੍ਰੀਨ ਹੈ ਤੇ ਆਊਟ ਉਸ ਤਰ੍ਹਾਂ ਦੇ ਦਾ ਸਾਈਨ ਬੋਰਡ ਹੋਣਾ ਹੈ ਮੋਟਰਵੇ ਅਗਰ ਬਲੂ ਹੈ येलो ਫਿਰ ਐਕਸਟਰਾ ਅਰਬਾਨੇ ਦਾ ਸਾਈਨ ਬੋਰਡ ਐਕਸਟਰਾ ਅਰਬਨ ਮੀਨ ਆਬਾਦੀ ਸੇ ਬਾਹਰ ਐਕਸਟਰਾ ਮੀਨ ਬਾਹਰ ਅਰਬਨ ਕਹਿੰਦੇ ਨਾ ਆਬਾਦੀ ਨੂੰ ਆਬਾਦੀ ਸੇ ਬਾਹਰ ਦਾ ਸਾਈਨ ਬੋਰਡ ਹੈ ਔਰ ਨਾਲੇ ਵੀ ਗੱਲ ਯਾਦ ਕਰ ਲੋ ਕਿ ਆਬਾਦੀ ਤੋਂ ਬਾਹਰ ਤੁਹਾਨੂੰ ਲੱਭਣਗੇ ਨੀਲੇ ਲੇਕਿਨ ਅਗੂ ਇਹਦੇ ਵਿੱਚ ਫਿਰ ਅਗੂ ਦੋ ਕਿਸਮ ਦੇ ਰੋਡ ਨੇ ਆਬਾਦੀ ਤੋਂ ਬਾਹਰ ਉਹਨਾਂ ਦੇ ਦੋ ਕਿਸਮਾਂ ਕਰ ਲਵੋ ਆਬਾਦੀ ਤੋਂ ਬਾਹਰ ਇੱਕ ਹੁੰਦਾ ਹੈ ਸੈਕੰਡਰੀਆ ਰੋਡ ਲੋਕਲ ਜ਼ਰਾ ਕਰਕੇ ਹੁੰਦਾ ਤੁਸੀਂ ਆਪਣੇ ਪਿੰਡੂ ਸ਼ਹਿਰੋਂ ਜਿਉਂ ਹੀ ਨਿਕਲਦੇ ਹੋ ਤੇ ਜਿਹੜੇ ਮੇਨ ਰੋਡ ਆਉਂਦੇ ਨੇ ਉਹਨਾਂ ਨੂੰ ਤੁਸੀਂ ਐਕਸਟਰਾ ਅਰਬਨਿਸ ਸਿਕੁੰਦਾਰੀਆ ਕਹਿੰਦੇ ਉਹਦੇ ਵੀ ਨੀਲੇ ਹੁੰਦੇ ਨੇ ਫਿਰ ਇੱਕ ਹੁੰਦਾ ਹੈ ਆਬਾਦੀ ਤੋਂ ਬਾਹਰ ਪ੍ਰਿੰਸੀਪਲ ਰੋਡ ਇਸ ਰਾ ਵੀਆਈਪੀ ਹੁੰਦਾ ਇਹਦੇ ਵਿੱਚ ਦੀਵਾਰ ਵੀ ਹੁੰਦੀ ਹੈ ਹਨਾ ਔਰ ਰੋਟਾਟਰੀਆ ਸੈਮਾਫੋਰੋ ਲੈਟ ਅਸ਼ਾਰੀ ਨਹੀਂ ਹੁੰਦੇ ਇਹਦੇ ਚ ਹੁੰਦੇ ਨੇ ਬਹਰਲ ਪਤਾ ਲਗਾ ਕਿ ਐਕਸਟਰਾ ਉਰਬਾਨੇ ਵੀ ਦੋ ਕਿਸਮ ਦੇ ਨੇ ਐਕਸਟਰਾ ਉਰਬਾਨੇ ਸਿਕੁੰਦਾਰੀਆ ਜ਼ਰਾ ਲੋਕਲ ਕਰਕੇ ਆਬਾਦੀਤ ਉਬਾਰ ਔਰ ਐਕਸਟਰਾ ਉਰਬਾਨੇ ਪ੍ਰਿੰਸੀਪਲ ਮੇਨ ਫਾਸਟ ਰੋਡ ਆਬਾਦੀਤ ਉਬਾਰ ਔਰ ਇਹਨਾਂ ਦੋਵਾਂ ਦੇ ਹੀ ਐਕਸਟਰਾ ਉਰਬਾਨੇ ਪ੍ਰਿੰਸੀਪਲੇ ਹੋਵੇ ਜਾਂ ਐਕਸਟਰਾ ਉਰਬਾਨੇ ਸਿਕੁੰਦਾਰੀਆ ਵੇ ਸਾਈਨ ਬੋਰਡ ਨਹੀਂ ਲਈ ਹੋਣਗੇ ਓਕੇ ਜੀ ਔਰ ਇਹ ਉਰਬਾਨੇ ਅਰਬਨ ਇੰਗਲਿਸ਼ ਕਹਿੰਦੇ ਹੋ ਆਬਾਦੀ ਨੂੰ ਸ਼ਹਿਰ ਨੂੰ ਸਿਟੀ ਨੂੰ ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਸਾਈਨ ਬੋਰਡ ਤੁਹਾਨੂੰ ਸਾਰੇ ਚਿੱਟੇ ਮਿਲਣਗੇ ਤੇ ਐ ਹੋਗੀ ਜੀ ਇਹਨਾਂ ਦੀ ਤਕਸੀਮ ਪੀਲੇ ਹੋਗੇ ਲਾਬੋਰਸਟਰਾ ਦਾ ਕੰਮ ਚੱਲ ਰਿਹਾ ਬ੍ਰਾਊਨ ਟੂਰਿਸਟ ਓਰੀ ਗ੍ਰੀਨ ਆਊਟਸਟਰਾ ਦਾ ਮੋਟਰਵੇ ਦੇ ਔਰ ਬਲੂ ਐਕਸਟਰਾ ਉਰਬਾਨੀ ਆਬਾਦੀ ਤੋਂ ਬਾਹਰ ਔਰ ਵਾਈਟ ਉਰਬਾਨੀ ਆਬਾਦੀ ਦੇ ਵਿੱਚ ਤੁਸੀਂ ਅੱਜ ਚੈੱਕ ਕਰਨਾ ਤੁਹਾਡੇ ਪਿੰਡ ਸ਼ਹਿਰ ਦੇ ਵਿੱਚ ਕਿਹਾ ਵਾਈਟ ਹੀ ਨੇ ਵੀ ਜਰਾ ਚੈੱਕ ਕਰ ਲਿਓ ਤੁਸੀਂ ਬੂਬਰਾ ਵੀਓ ਤੇ ਫਿਰ ਇਹ ਸਾਈਨ ਬੋਰਡ ਵਾਈਟ ਹੈ ਨਾ ਤੇ ਫਿਰ ਇੱਕ ਆਧਾ ਹੋ ਗਿਆ ਉਰਬਾਨੇ ਦਾ ਗੁੱਡ 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 ਅਬਾਦੀ ਕੇ ਅੰਦਰ ਆਪਕੋ ਇਸ ਤਰ੍ਹਾਂ ਕਾ ਮਿਲੇਗਾ ਅੱਛਾ ਭਾਈ ਇਹ ਦੀ ਚ ਇਨਫੋਰਮੇਸ਼ਨ ਲਿਖੀ ਹੈ ਮੰਨ ਲਓ ਤੁਸੀਂ ਇੰਜ ਜਾ ਰਹੇ ਹੋ ਰੋਡ ਤੇ ਔਰ ਤੁਸਾਂ ਐਸਾਈਨ ਬੋਰਡ ਦੇਖਿਆ ਪੈਪ ਦੇ ਨਾਲ ਲੱਗੇ ਐ ਇੱਕ ਸਾਈਡ ਤੇ ਇਹਦਾ ਮਤਲਬ ਕੀ ਹੈ ਕਿ ਭਾਈ ਇਸ ਰੋਡ ਦੇ ਵਿੱਚ ਅੱਗੇ ਜਾ ਕੇ ਜੇ ਇਸ ਤਰ੍ਹਾਂ ਮੁੜਾਂਗੇ ਤੇ ਚੈਂਟਰ ਆ ਜਾਣਾ ਪਿੰਡ ਦਾ ਸੈਂਟਰ ਪਿੰਡ ਸ਼ਹਿਰ ਦਾ ਯਾ ਸਟੇਸ਼ਨ ਵੀ ਆਏਗਾ ਰੇਲਵੇ ਸਟੇਜ ਅਗਰ ਅਸੀਂ ਇਸ ਰੋਡ ਤੋਂ ਸਿੱਧਾ ਚਲੇਗੇ ਤੇ ਫਿਰ ਸੋਰਾ ਆ ਜਾਣਾ ਇਹ ਸ਼ਹਿਰ ਦਾ ਨਾ ਯਾ ਨਾਪੋਲੀ ਇਹ ਬਲੂ ਤਾਂ ਨਹੀਂ ਕਿਉਂਕਿ ਆਬਾਦੀ ਤੋਂ ਬਾਹਰ ਵੀ ਨਿਕਲੇਗਾ ਇਹ ਰੋਡ ਹੈ ਨਾ ਤੇ ਬਹਰਾਲ ਸੂਰਾ ਸੂਰਾ ਪੰਜਾਬੀ ਚ ਵੀ ਕਿਸੇ ਸ਼ਹਿਰ ਨੂੰ ਕਹਿੰਦੇ ਆਣ ਨੇ ਹੈ ਜੀ ਚਾਚਾ ਸੂਰਾ ਅੱਛਾ ਭਾਈ ਠੀਕ ਹੈ ਜੀ ਆਬਾਦੀ ਦੇ ਵਿੱਚ ਰਸਾਇਨ ਬੋਰਡ ਮਿਲੇਗਾ ਉਹ ਇਹਦੇ ਤੇ ਇਨਫੋਰਮੇਸ਼ਨ ਹੈ ਬਸ ਤਾਂ ਕਿ ਤੁਹਾਨੂੰ ਪੁੱਛਣਾ ਨਾ ਪਵੇ ਕਿਸੇ ਬੰਦੇ ਨੂੰ ਇਹ ਤਾਂ ਆਪਾਂ ਤੇ ਸਾਈਨ ਬੋਰਡ ਲਾਏ ਨੇ ਪਹਿਲਾ ਸਵਾਲ ਜੀ ਇਹ ਜਿਹੜਾ ਸਿਗਨਲ ਦੇਖ ਰਹੇ ਹੋ ਪਰਿਆ ਵੀਜ਼ਾ ਖਬਰ ਦੇਂਦਾ ਹੈ ਇਨਕ੍ਰੋਚੋਰੇ ਚੌਕ ਹੈ ਉਰਬਾਨੋ ਆਬਾਦੀ ਦਾ ਚੌਕ ਹੈ ਠੀਕ ਹੈ ਕਿਉਂਕਿ ਵਾਈਟ ਹੈ ਨਾ ਸਾਈਨ ਬੋਰਡ ਚਿੱਟਾ ਤਾਂ ਉਹਨੇ ਕਿ ਉਰਬਾਨੋ ਹੈ ਵੀ ਵੇਰੋ ਇਹਦੇ ਚ ਇਹ ਜਿਹੜਾ ਸਿਗਨਲ ਰਫੀਗੁਰਾ ਤੋਂ ਦਿਖਾਇਆ ਜਾ ਰਿਹਾ ਹੈ ਰਿਪੋਰਟਾ ਰਿਪੋਰਟ ਦੇ ਰਿਹਾ ਨੋਮੇ ਨਾਂ ਦੱਸ ਰਿਹਾ ਲੂਓਗੀ ਜਗਾ ਦਾ ਰਾਜੂ ਜੀ ਬੀ ਲਈ ਜਿੱਥੇ ਪਹੁੰਚ ਸਕਦੇ ਹੋ ਇਨਕ੍ਰੋਚੋਰੇ ਚੌਕ ਹੈ ਉਰਬਾਨੋ ਆਬਾਦੀ ਦਾ ਅੰਦਰ ਸਿਗਨਲ ਵਿੱਚ ਇਲਾਕਿਆਂ ਦੇ ਨਾਂ ਦੱਸੇਗੇ ਨੇ ਨੋਮੀ ਲੂਗੀ ਇਲਾਕੇ ਦੇ ਨਾਮ। ਉਹ ਰੂਬਾਨੇ ਚੌਕ ਆਬਾਦੀ ਦੇ ਵਿੱਚ ਸਾਈਨ ਬੋਰਡ ਤੁਹਾਨੂੰ ਮਿਲੇਗਾ। ਵੇਰੋ ਆ ਇਲਾਕਿਆਂ ਦੇ ਨਾਂ ਲਿਖੇ ਨੇ ਐਸ ਸਟੇਸ਼ਨ ਸੋਰਾ ਨਾਪोली ਵੇਰੋ। ਤੇ ਟ੍ਰਿਕ ਹੀ ਹੈ ਜੀ urbano ਹੈ ਹੀ ਵੇਰੋ। ਟ੍ਰਿਕ ਬਣਾ ਲਿਆ। ਇਹ ਜਿਹੜਾ ਸਿਗਨਲ ਦੇਖ ਰਹੇ ਹੋ ਪ੍ਰਿਆ ਵੀਜ਼ਾ ਖਬਰ ਦਿੰਦਾ। ਸਵਲਟਾ ਦਿਸਤਰਾ ਜੇ ਤੁਸੀਂ ਟਰਨ ਲੋਗੇ ਮੁੜੋਗੇ ਰਾਈਟ ਸਾਈਡ ਤੇ ਰਜੁੰਜੇਰੇ ਪਹੁੰਚ ਜਾਓਗੇ ਸਤਸਿਉਨੇ ਸਟੇਸ਼ਨ ਫਿਰ ਉਹ ਵਿਹਾਰੀਆ ਪਟੜੀ ਵਾਲਾ ਰੇਲਵੇ ਵਾਲਾ ਜੇ ਤੁਸੀਂ ਦਿਸਤਰਾ ਮੁੜੋਗੇ ਰਾਈਟ ਸਾਈਡ ਤੇ ਭਾਈ ਜੀ ਤੁਸੀਂ ਰੇਲਵੇ ਸਟੇਸ਼ਨ ਪਹੁੰਚ ਜਾਓਗੇ ਹਾਂ ਵੇਰੋ ਐਵੇਂ ਕਹਿੰਦਾ ਧਾਈ ਮੁੜਿਆਗੇ ਤੇ ਸਤਸਿਉਨੇ ਆ ਗਿਆ ਵੇਰੋ ਰਜੁੰਜੇਰੇ ਦਾ ਮਨ ਯਾਦ ਕਰ ਲੋ ਪਹੁੰਚਣਾ ਜਾਣਾ ਇਹਨੇ ਬਾਰ ਬਾਰ ਆਣਿਆ ਵੇਖੋ ਨਾ ਫਿਰ ਰਜੁੰਜੇਰੇ ਆਇਆ ਦਾ ਮਨ ਯਾ ਰਜੁੰਜੀ ਬੀਲੀ ਕਹ ਦੇ ਮਾਣੀ ਜਾਣਾ ਰਜੁੰਤਾ ਵੀ ਕਹਿ ਲੈਂਦਾ ਹੈ ਨਾ ਇਹ ਜਿਹੜਾ ਸਿਗਨਲ ਦੇਖ ਰਹੇ ਹੋ ਪ੍ਰਿਆ ਵੀਜ਼ਾ ਖਬਰ ਦਿੰਦਾ ਸਵੋਲਟਾ ਜਦੋਂ ਮੁੜੋਗੇ ਤੇ ਇਸ ਤਰ੍ਹਾਂ ਦਾਈਂ ਤਰਫ ਰਜੁੰਜੇਰੇ ਪਹੁੰਚ ਜਾਓਗੇ ਚੰਤਰੂ ਦੇਲਾ ਚਿੱਤਾ ਸ਼ਹਿਰ ਦੇ ਸਿਟੀ ਦੇ ਸੈਂਟਰ ਚ ਚਿੱਤਾ ਸਿਟੀ ਕਹਿੰਦੇ ਇੰਗਲਿਸ਼ ਤੇ ਅੰਦਰ ਜਦ ਉਸ ਇਸ ਤਰ੍ਹਾਂ ਮੁੜੋਗੇ ਤੇ ਸ਼ਹਿਰ ਦੇ ਸੈਂਟਰ ਚ ਪਹੁੰਚ ਜਾਓਗੇ ਫਿਰ ਇਹ ਤੋਂ ਬਈ ਆਸਾਨੀ ਹੈ ਇੰਦੀਕਾ ਤੱਕ ਪਹੁੰਚ ਨਾ ਹੀ ਪੜੋ ਤੇ ਖੈਰ ਹੈ ਕਿ ਸਿਗਨਲ ਜਿਹੜਾ ਦਿਖਾਇਆ ਗਿਆ ਕਹਿੰਦਾ ਪ੍ਰੋਸੈਗ ਵੀਰੇ ਤੁਸੀਂ ਜੇ ਜਾਓਗੇ ਦੀ ਰੀਤ ਤੋਂ ਸਿੱਧਾ ਰਜੁੰਜਰੇ ਦਾ ਮਨਿਤ ਸੋਜੀ ਪਹੁੰਚਣਾ ਪਹੁੰਚ ਜਾਓਗੇ ਸੋਰਾ ਸ਼ਹਿਰ ਚ ਸਿੱਧਾ ਜਾਓਗੇ ਸੋਰਾ ਸ਼ਹਿਰ ਚ ਪਹੁੰਚ ਜਾਓਗੇ ਫਿਰ ਜਿਹੜਾ ਸਿਗਨਲ ਦੇਖ ਰਹੇ ਹੋ ਉਹ ਪੁਰਿਆ ਵੀਜ਼ਾ ਖਬਰ ਦਿੰਦਾ ਹੈ ਪ੍ਰੋਸੈਗ ਵੀਰੇ ਤੁਸੀਂ ਜੇ ਜਾਣਾ ਦੀ ਰੀਤ ਤੋਂ ਸਿੱਧਾ ਜਾਓਗੇ ਰਾਜੁਨਜੇਰੇ ਪਹੁੰਚ ਜਾਓਗੇ ਨਾਪोली ਪਹੁੰਚ ਜਾਓਗੇ ਅੱਜ ਸਿੱਧਾ ਜਾਓਗੇ ਨਾਪोली ਪਹੁੰਚ ਜਾਓਗੇ ਬੜਾ ਡਾਡਾ ਸ਼ਹਿਰ ਹੈ ਬਈ ਨਾਪोली ਅੱਛਾ ਜੀ ਢਿੰਗੇ ਸ਼ਹਿਰ ਪਤੇ ਹਰ ਮੁਲਕ ਚ ਢਿੰਗੇ ਢਿੰਗੇ ਸ਼ਹਿਰ ਹੀ ਕਹਿੰਦੇ ਨੇ ਨਾਪोली ਜ਼ਰਾ ਢਿੰਗੇ ਉਹ ਬੜਿਆ ਦਾ ਸ਼ਹਿਰ ਹੈ ਡਾਡਿਆ ਦਾ ਸ਼ਹਿਰ ਹੈ ਅੱਛਾ ਚਲੋ ਜੀ ਜ਼ਰਾ ਰਿਪੀਟ ਕਰਾਂਗੇ ਸਵਾਲ ਨੰਬਰ 1 ਚਾਜ ਉਹ ਕਹਿੰਦਾ ਹੈ ਸਾਈਨ ਬੋਰਡ urbane ਚੌਕ ਦਾ ਵੇਰੋ ਇਦੇ ਵਿੱਚ ਇਲਾਕਿਆਂ ਦੇ ਨਾਂ ਦੱਸੇ ਗਏ ਨੇ ਵੇਰੋ ਔਰ ਤੁਸੀਂ ਇਹਦੇ ਚ ਇਹ ਵੀ ਦੱਸਿਆ ਗਿਆ ਕਿ ਜੇ ਦਾਹੀਂ ਮੁੜੋਗੇ ਤੇ ਰੇਲਵੇ ਸਟੇਸ਼ਨ ਆਏਗਾ ਵੇਰੋ ਔਰ ਦਾਹੀਂ ਤਰਫ ਮੁੜੋਗੇ ਤੇ ਸਿਟੀ ਦਾ ਸੈਂਟਰ ਵੀ ਆਏਗਾ ਵੇਰੋ ਫਿਰ ਆਂਦਾ ਦ੍ਰੀਤੋ ਦੀ ਗੱਲ ਕਰੋ ਜਿਸ ਚਾਹੋਗੇ ਸੋਰਾ ਵੀ ਪਹੁੰਚ ਜਾਓਗੇ ਜਾਂ ਦ੍ਰੀਤੋ ਜਾਣ ਨਾਲ ਨਾਪोली ਪਹੁੰਚ ਜਾਓਗੇ ਫਰ ਸੁ ਦੇਖਣੇ ਇਹ ਜਿਹੜਾ ਸਿਗਨਲ ਦਿਖਾਇਆ ਗਿਆ ਤਰੋਵਾ ਇਹ ਤੁਹਾਨੂੰ ਮਿਲੇਗਾ ਸਤਰਾ ਦਾ ਰੂਡ ਐਕਸਟਰਾ ਅਰਬਾਨਿਚ ਮਿਲੇਗਾ ਨੇ ਜੀ ਐਕਸਟਰਾ ਉਰਬਾਨੇ ਚ ਨਹੀਂ ਐਕਸਟਰਾ ਉਰਬਾਨੇ ਦੇ ਸਾਈਨ ਬੋਰਡ ਬਲੂ ਹੁੰਦੇ ਨੇ ਤੇ ਉਹ ਵਾਈਟ ਹੈਗਾ ਲਿਆਦਾ ਐਕਸਟਰਾ ਉਰਬਾਨੇ ਦਾ ਇਹ ਨਹੀਂ ਹੈ ਵੀ ਹਾਂ ਕਿਉਂਕਿ ਇਹਦੇ ਸਵਾਲ ਪੜ ਰਹੇ ਨੇ ਤੇ ਸਵਾਲ ਪੜ ਰਹੇ ਹਾਂ ਇਹ ਜਿਹੜਾ ਸਿਗਨਲ ਦੇਖ ਰਹੇ ਹੋ ਹਿੰਦੀਕਾ ਕਹਿੰਦਾ ਸਵਲtare ਜੇ ਮੁੜੋਗੇ ਇਸਤਰਾ ਦਾਹੀਂ ਤਰਫ ਉਸhire ਬਾਹਰ ਨਿਕਲ ਜਾਓਗੇ ਚੇਂਤ੍ਰੂ ਅਭਿਤਾ ਤੋ ਅਬਾਦੀ ਦੇ ਵਿੱਚ ਸੈਂਟਰੇ ਜਿਹੜਾ ਰਿਆਸ਼ ਦਾ ਪਿੰਡ ਦਾ ਸੈਂਟਰ ਉਹਦੇ ਚੋਂ ਬਾਹਰ ਨਿਕਲੋਗੇ ਨੇਜੀ ਉਸ ਹੀਰੇ ਅਜੇ ਤੇ ਐਂਟਰੀ ਕਰਨੀ ਇਹ ਬਾਹਰ ਕਿੱਥੇ ਨਿਕਲਣਾ ਹੈ ਉਸ ਹੀਰੇ ਕਟੋ ਇੰਤਰਾਰੇ ਲਿਖਦਾ ਫਿਰ ਠੀਕ ਹੋ ਜਾ ਉਸ ਵਲ ਫਾਲਸੋ ਸਵਾਲ ਪੜ ਰਹੇ ਆ ਐਫਮੀ ਫਾਲਸੋ ਕਿ ਝੂਠੇ ਸਵਾਲ ਬਣਾਏ ਨੇ ਜਿਹੜੇ ਉਹਨੇ ਬਸ ਤੁਸੀਂ ਵੇਰੋ ਇਨਫੋਰਮੇਸ਼ਨ ਯਾਦ ਕਰ ਲਿਆ ਕਰੋ ਉਸ ਹਿਸਾਬ ਨਾਲ ਫਿਰ ਫਾਲਸੋ ਨੂੰ ਆਪੇ ਕਹਿ ਲੋ ਕਿ ਭਾਈ ਮੈਂ ਬੇਰੋਜਗ ਤੇ ਗੱਲ ਪੜੀ ਨਹੀਂ ਤੁਰਨਾਰੇ ਦੀ ਇਤੁਰ ਮੈਂ ਅੱਗੇ ਵੀ ਦੱਸਿਆ ਹੈ ਸ਼ਰਾਰਤੀ ਬੱਚਾ ਜ਼ਿਆਦਾ ਸਵਾਲੇ ਤੇ ਗਲਤੀ ਹੁੰਦੇ ਨੇ ਇਹ ਜਿਹੜਾ ਸਿਗਨਲ ਦੇਖ ਰਹੇ ਹੋ ਕਹਿੰਦਾ ਹੈ ਰਾਜੁੰਜੀਰੇ ਜਾਣਾ ਤੁਸੀਂ ਜੇ ਚੰਤਰੂ ਸੈਂਟਰ ਚਿੱਤਾ ਸਿਟੀ ਦੇ ਸਿਟੀ ਦੇ ਸੈਂਟਰ ਚ ਜਾਣਾ ਤੁਸੀਂ ਜੇ ਚੰਤਰੂ ਜਾਣਾ ਤੇ ਜ਼ਰੂਰ ਤੁਰਨਾਰੇ ਦੀ ਇਥਰੋਂ ਵਾਪਸ ਮੋੜੋ ਇਹਦੇ ਸਵਾਲ ਹੁੰਦੇ ਜਿਆਦਾ ਗਲਤ ਇਹ ਜਿਹੜਾ ਸਿਗਨਲ ਦੇਖ ਰਹੇ ਹੋ ਪ੍ਰਿਆ ਵੀਜ਼ਾ ਖਬਰ ਦਿੰਦਾ ਆਰੀਆ ਦੀ ਸੋਸਤਾ ਪਾਰਕਿੰਗ ਜਗਾ ਹੈ ਇਸ ਤਰ੍ਹਾਂ ਤੇ ਵੀ ਸੋਸਤਾ ਪਾਰਕਿੰਗ ਦੇ ਬਾਰੇ ਤੇ ਸਾਈਨ ਬੋਰਡ ਗੱਲ ਹੀ ਨਹੀਂ ਕਰ ਰਿਹਾ ਆਪਣੇ ਕੋ ਮਾਰੀ ਜਾਂਦਾ ਹੈ ਮੈਂ ਅੱਗੇ ਵੀ ਦੱਸਿਆ ਕਿ ਸੋਸਤਾ ਜ਼ਿਆਦਾਤਰ ਫਾਲਸੋ ਯੂਜ਼ ਹੁੰਦਾ ਹੈ ਆਪਣੇ ਸਾਈਨ ਬੋਰਡ 'ਚ ਵੇਰੋਇਆ ਪਰ ਉਹ ਲਾ ਬਾਕੀ ਜ਼ਿਆਦਾਤਰ ਗਲਤ ਹੀ ਹੈ ਜੀ ਅਗਲਾ ਸਵਾਲ ਇਹ ਜਿਹੜਾ ਸਿਗਨਲ ਰੈਫਿਗੁਰਾ ਤੋਂ ਦਿਖਾਇਆ ਗਿਆ ਪਰਿਆ ਵੀਜ਼ਾ ਖਬਰ ਦਿੰਦਾ ਹੈ ਇਹ ਭਾਵੇਂ ਤਰੇਪਰ ਲਈ ਛੱਡ ਵੀ ਦਿਆ ਕਰੋ ਤੇ خیر ਹੈ ਹਾਂ ਓਕੇ ਮੇਨ ਗੱਲ ਇੱਥੇ ਹੁੰਦੀ ਅੱਗੇ ਕੀ ਆਂਦਾ ਹੈ ਸਿਗਨਲ ਕਹਿੰਦਾ ਹੈ ਕਿ ਦੇਸਤਰਾ ਦائیں ਤਰਫ ਪਸਾ ਜੁ ਵਾਲੀ ਵੇਲੋ ਫਾਟਕ ਹੈ ਸੈਂਸਾ ਬਾਰੀਅਰੇ ਬਗੈ ਡੰਡੇ ਵਾਲਾ ਦੈਂਹ ਤਰਫ ਹਾਂ ਵੈਸੀ ਵੇਰਣਾ ਚਾਹੀਦਾ ਸੀ ਕਿਉਂ ਗਲਤ ਹੋ ਗਿਆ ਬਾਈ ਐਫ ਹੋ ਗਿਆ ਹਾਂ ਕਿਉਂਕਿ ਤਸਿਓ ਨੇ ਸਟੇਸ਼ਨ ਲਿਖਣਾ ਸੀ ਪਸਾਜੋ ਲਵੇ ਲੋ ਫਟਕ ਲਿਖਿਆ ਨੇ ਗਲਤ ਹੋ ਗਿਆ ਫਟਕ ਹੋਰ ਚੀਜ਼ ਹੁੰਦੀ ਏ ਉਹ ਉਹ ਸਿਰਫ ਡੰਡੇ ਲੱਗੇ ਹੁੰਦੇ ਨੇ ਵੀਰਾਨ ਜੀ ਜਗਾ ਹੁੰਦੀ ਏ ਸਟੇਸ਼ਨ ਹੋਰ ਚੀਜ਼ ਹੁੰਦੀ ਏ ਤੇ ਪਸਾਜੋ ਲਵੇ ਲੋ ਕਟੋ ਤਸਿਓ ਨੇ ਲਿਖੋ ਦੁਬਾਰਾ ਰਪੀਟ ਕਰਾਂਗੇ ਭਾਈ ਸਵਾਲ ਨੰਬਰ 7 ਚ ਕਹਿੰਦਾ ਕਿ ਆਬਾਦੀ ਤੋਂ ਬਾਹਰ ਦਾ ਸਾਈਨ ਬੋਰਡ ਏ ਫਾਲਸੋ ਇਹ ਜੀ ਇਹਦੇ ਦੱਸਿਆ ਜਾ ਰਿਹਾ ਕਿ ਚੈਂਟਰੂ ਚ ਪਿੰਡ ਦੇ ਚੈਂਟਰੂ ਚ ਕਿੰਜ ਬਾਹਰ ਨਿਕਲਣਾ ਹੈ ਫਾਲਸੋ ਇਹਦੇ ਚ ਕਿਹਾ ਜਾ ਰਿਹਾ ਕਿ ਜੇ ਚੈਂਟਰੂ ਜਾਣੇ ਤੇ ਵਾਪਸ ਮੁੜੋ ਫਾਲਸੋ ਪਾਰਕਿੰਗ ਦੇ ਬਾਰੇ ਇਨਫੋਰਮੇਸ਼ਨ ਦਿੱਤੀ ਜਾ ਰਹੀ ਹੈ ਫਾਲਸੋ ਔਰ ਠਾਟਕ ਦੇ ਬਾਰੇ ਦੱਸਿਆ ਗਿਆ ਹੈ ਫਾਲਸੋ ਅਗਲਾ ਪੇਜ 325 ਪੇਜ ਆ ਗਿਆ ਭਾਈ ਹੁਣ ਸਾਈਨ ਬੋਰਡ ਆ ਗਿਆ ਐ ਕੀ ਕਹਿ ਸਕਦੇ ਹੋ ੁਰਬਾਨੇ ਦਾ ਐਕਸਟਰਾ ੁਰਬਾਨੇ ਦਾ ਕਿ ਆਟੋਸਟ੍ਰੀਟ ਵਾਲਾ ਕਿਹੜਾ ਵਾਈਟ ਹੈ ਨਾ ਜੀ ਤੇ ਵਾਈਟ ੁਰਬਾਨੇ ਦਾ ਹੁੰਦਾ ਹੈ ਗੁੱਡ ਹੋ ਗਿਆ ਇਹ ਵੀ ਸਾਈਨ ਬੋਰਡ ਵਾਈਟ ਹੀ ਹੈਗਾ ਫਿਰ ਇਹ ੁਰਬਾਨੇ ਦਾ ਠੀਕ ਹੈ ਨਾ ਐਵੇਂ ਕੋਣ ਵਿੱਚ ੁਰਬਾਨੇ ਆ ਲਿਖਿਆ ੁਰਬਾਨੇ ਇਹਦੇ ਚ ਵੀ ਵੇਰੋ ਰੱਖੋ ਪਿਛਲੇ ਪੇਜ 'ਚ ਵੀ ਵੇਰੋ ਹੀ ਸੀ ਤੇ ਥੋੜੀ ਜੀ ਚਲੋ ਇਹਦੀ ਗੱਲ ਕਰ ਲਈਏ ਇਹ ਸਾਈਨ ਬੋਰਡ ਹੈ ਜੀ ਇਹਦੇ ਚ ਦੋ ਚੌਕ ਨੇ ਆ ਵਿਖੋ ਨਾ ਚਲਦੇ ਚਲਦੇ ਤੁਸੀਂ ਅੰਜਾਰੇ ਸੀ ਜਾ ਰਹੇ ਸੀ ਅੱਗੇ ਇੱਕ ਚੌਕ ਆਇਆ ਉਹਦੇ ਟਾਈਟ ਰਫ਼ ਵਿਆ ਜੇਮੋਨਾ ਸ਼ਹਿਰ ਦਾ ਨਾਂ ਹੈ ਪਿੰਡ ਸ਼ਹਿਰ ਦਾ ਨਾਂ ਹੈ ਉਸ ਸਿਨੀਸਟਰ ਲੈਫਟ ਤੋਂ ਮੋੜੀ ਨਹੀਂ ਸਕਦੇ ਐਂਟਰੀ ਮਨੈ ਸਾਨੂੰ ਐਂਦਾ ਸਾਈਨ ਬੋਰਡ ਲਿਖਿਆ ਹੋਵੇ ਤੇ ਕੀ ਇਹਦਾ ਨਾਂ ਹੈ ਜੀ ਪਿਛੇ ਨਾਂ ਮੈਂ ਯਾਦ ਕਰਾਇਆ ਸੀ ਨਾ ਸੈਂਸੋ ਵਿਏ ਤਾ ਤੋ ਇਹਦਾ ਨਾਂ ਹੈ ਕਿਧਰ ਐਂਟਰੀ ਮਨੈ ਪਹਿਲਾ ਚੌਕ ਦੀ ਹੈ ਇਨਫਾਰਮੇਸ਼ਨ ਹੋ ਗਈ ਫਿਰ ਅੱਗੇ ਗਏ ਟੀ ਅੱਗੇ ਦੂਜਾ ਚੌਕ ਆ ਗਿਆ ਉਹਦੇ ਵਿੱਚ ਜੇ ਸੱਜੇ ਮੁੜੋਗੇ ਤੇ ਚੈਂਟਰੂ खबे मुड़ोगे तो उस पेदाले बल्कि सज्जे मुड़ोगे चैत्रो आएगा फिर होर अगे जाओगे जाओगे तो त्रीस शहर आ जाएगा त्रीस इस तरह सैकेंड चौक खबे जाओगे तो आसपे दौले भी आएगा और ज़्यादा अगे जाओगे तो आस्टरी आ जाएगा यह इन्फॉर्मेसन है ये गलत कर बड़ा सौखा जाए टॉपिक है भाई ये जोड़ा सिग्नल देख रहे हो परियावीजा खबर देंद ਕਿ ਦੂਏ ਇਨ ਕਰੋਚੀ ਦੋ ਚੌਕ ਨੇ ਵਿਚੀ ਨੋ ਕਰੇ ਪ੍ਰਿਯ ਹਾਂ ਸਿਗਨਲ ਕੀ ਕਹਿੰਦਾ ਦੋ ਚੌਕ ਨੇ ਆਉਂ ਗਣੀਏ 1 ਤੇ 2 ਵੇਰੋ ਇਹ ਜਿਹੜਾ ਸਿਗਨਲ ਦੇਖ ਰਹੇ ਹੋ ਇੰਦੀਕਾ ਕਹਿੰਦਾ ਕਿ ਨੋ ਪੋਸੀਬਲ ਸਵਲਤਾਰੇ ਨਹੀਂ ਪੋਸੀਬਲ ਮੋੜਨਾ ਸਿਨੀਸਤਰਾ ਲੈਫਟ ਪ੍ਰੀਮੋ ਪਹਿਲੇ ਚੌਕ ਚ ਨਹੀਂ ਪੋਸੀਬਲ ਮੋੜਨਾ ਹਾਂ ਵੇਰੋ ਕਿਉਂਕਿ ਉਹ ਰੈੱਡ ਸਾਈਨ ਬੋਰਡ ਲੱਗਾ ਹੈ ਨਾ ਨਾ ਕਿ ਇਸੀ ਮੈ ਹੁਣੇ ਦੱਸਿਆ ਸੈਨ ਸੋ ਵੀਰਤਾ ਤੋਂ ਕਿ ਇਹ ਸਾਈਡ ਮਨਾ ਹੈ ਹੈ ਨਾ ਨਾ ਭੁੱਲ ਜਾਂਦੇ ਤੁਸੀਂ ਪਰਿਆ ਵਿਜ਼ਾ ਤੱਕ ਬਿਸ਼ੱਕ ਛੱਡ ਵੀ ਦਿਓ ਕਿ ਸਿਗਨਲ ਕਹਤਾ ਹੈ ਸਵਲਤਾਰੇ ਜੇ ਮੁੜੋਗੇ ਸਿਨੀਸਟਰ ਲੈਫਟ ਉਸ ਪੇ ਦਾਲੇ ਹਸਪਤਾਲ ਪਹੁੰਚ ਜਾਓਗੇ ਸੈਕੰਡ ਚੌਕ ਚ ਹਾਂ ਐਡਵਰਿਸ ਵਲ ਬਣਾਇਆ ਸੀ ਕਿ ਸੈਕੰਡ ਚੌਕ ਚ ਜੇ ਲੈਫਟ ਮੁੜੋਗੇ ਤੇ ਉਸ ਪੇ ਦਾਲੇ ਪਹੁੰਚ ਜਾਓਗੇ ਫਿਰ ਪਰਿਆ ਵਿਜ਼ਾ ਤੇ ਆਜੋ ਖਬਰ ਦਿੰਦਾ ਹੈ ਸਿਗਨਲ ਕੇ सुवलतारे जे मुड़ोगे दस्तरा दाई तरफ विया आज जयो पहुंचोगे प्रीमो चौक चहले चौक च दस तरह मुड़ोगे विया जे मोना पहुंचोगे हाँ पहले चौक च दस्तरा मुड़ों वीआ जे मोह न पहुंचोगे फिर प्रयावीजा तक आ जो के सिग्नल जो देख रहे हैं कहता है सवलतारे जो मुड़ोगे दसतरा चैंतरों दैलाचिता सिटी दे सेंटर पहुँचोगे सैकंड चौक च हाँ यानी सैकंड चौक च दाएं मुड़ोगे तो चैंतरों पहुँचोगे हाँ सैकंड चौक दाएं मुड़ों तो चैंतरू पहुँच जाऊँगे फिर भरिया भीजा तो आ जाओ सिग्नल कहता है स्वलतारे दस्तरा जे दाए तरफ मुड़ोगे दीरे स्यों ने त्रीएसते त्रीएसते पहुँच जोगे जिस ਸੈਕੰਡ ਚੌਕ 'ਚ ਜਾ ਕੇ ਯਾਨੀ ਸੈਕੰਡ ਚੌਕ 'ਚ ਜਾ ਕੇ ਜੇ ਦائیں ਮੁੜੋਗੇ ਤੇ ਇਸ ਸ਼ਹਿਰ 'ਚ ਪਹੁੰਚ ਜਾਓਗੇ ਹਾਂ ਸੈਕੰਡ ਚੌਕ 'ਚ ਦائیں ਮੁੜਾਂਗੇ ਤੇ ਤ੍ਰੀਸ ਤੇ ਪਹੁੰਚ ਜਾਵਾਂਗੇ ਬਿਲਕੁਲ ਠੀਕ ਇਨਫੋਰਮੇਸ਼ਨ ਦੇ ਰਿਹਾ ਜੀ ਜੋ ਸਿਗਨਲ 'ਚ ਉਹ ਹੀ ਸਵਾਲ ਬਣਾ ਤਾਂ ਹੀ ਤਾਂ ਵੇਰ ਹੋ ਰਹੇ ਨੇ ਨਹੀਂ ਤੇ ਫ ਹੋ ਜਾਣੀ ਸੀ ਭਾਜੀ ਇਹ ਜਿਹੜਾ ਸਿਗਨਲ ਦੇਖ ਰਿਓ ਕਹਿੰਦਾ ਹੈ ਬਿਜ਼ੋਨੀਆ ਜ਼ਰੂਰ ਸਵਲਤਾਰੇ ਮੁੜੋ ਹਾਂ ਬਿਜ਼ੋਨੀਆ ਦਾ ਜ਼ਮਰੀ ਜ਼ਰੂਰ ਨਹੀਂ ਇੱਥੇ ਕਰਨਾ ਇੱਥੇ जरूरत है या बल्कि बिजोनियन छड़ो फिर और मानी सही सोखा हो जाएगा कि सिग्नल कहता है कि वुलतारे जे मुड़ोगे सीनी इस तरह लेफ्ट सैकंड चौक च राजू जिरे का की माणी पहुँचना आप पहुँच जाएंगे आस्टरी कि जे लेफ्ट मुड़ोगे सैकंड चौक च तो इतने पहुँच जाओगे हाँ सेकंड चौक च है ना सैकंड ਲੈਫਟ ਮੁੜਾਂਗੇ ਤਾਂ ਸਟਡੀ ਆਪੋ ਨੇ ਜਾਾਂਗੇ ਵੇਰੋ ਇਹ ਜਿਹੜਾ ਸਿਗਨਲ ਦੇਖ ਰਿਓ ਕਹਿੰਦਾ ਦੋਏ ਚੌਕ ਨੇ ਵੀ ਚੀਨੀ ਨੇੜੇ-ਨੇੜੇ ਔਰ ਇਹ ਰੋਡ ਉਰਬਾਨੇ ਦਾ ਹੈਗਾ ਬਿਲਕੁਲ ਠੀਕ ਹੈ ਜੀ ਦੋ ਹੀ ਚੌਕ ਨੇ ਉਰਬਾਨੇ ਦਾ ਰੋਡ ਹੈ ਕੁਰਬਾਨਾ ਤਾਂ ਹੈ ਹੀ ਵੇਰੋ ਭਾਈ ਇਹਦੀ ਤੇ ਗਲਤੀ ਹੈ ਹੀ ਨਹੀਂ ਦੁਬਾਰਾ ਰਿਪੀਟ ਕਰਾਂਗੇ ਸਵਾਲ ਨੰਬਰ 1 ਮੈਂ ਕਹਿ ਰਿਹਾ ਥਾ ਕਿ ਦੋ ਚੌਕ ਹੈ ਵੀ ਨੇੜੇ-ਨੇੜੇ ਵੇਰੋ ਨਹੀਂ ਹੈ ਇਹ ਆਪਣਾ ਸਿਨੀਸਤਰਾ ਮੁੜਨਾ ਪਹਿਲੇ ਚੌਕ ਚੋਂ ਨੋ ਪੋਸੀਬਲ ਵੇਰੋ ਸੈਕੰਡ ਚੋਕ ਚ ਸਨੀਸਤਰਾ ਮੁੜੋਗੇ ਤੇ ਉਸ ਪੇਦਾਲੇ ਪਹੁੰਚੋਗੇ ਵੇਰੋ ਅ ਦੇਸਤਰਾ ਮੁੜੋਗੇ ਜਮੋਨਾ ਪਹੁੰਚੋਗੇ ਪਹਿਲੇ ਚੋਕ ਚ ਵੇਰੋ ਠੀਕ ਹੈ ਸੇਮ ਹੀ ਸਵਾਲ ਨੇ ਫਾਲਸੋ ਦੇਖ ਲਿਓ ਭਾਈ ਹੁਣ ਮੈਂ ਦੱਸਿਆ ਸੀ ਕਿ ਇਸ ਐਕਸਟਰਾ ਉਰਬਾਨੇ ਦੇ ਸਾਈਨ ਬੋਰਡ ਬਲੂ ਹੁੰਦੇ ਨੇ ਉਹ ਵਾਈਟ ਨੂੰ ਐਕਸਟਰਾ ਉਰਬਾਨੇ ਕਹਿ ਰਿਹਾ ਦੇਖੋ ਨਾ ਕਿੰਨੀ ਬੜੀ ਜ਼ਿਆਤੀ ਹੈ ਜਿਹੜਾ ਸਿਗਨਲ ਦੇਖ ਰਹੇ ਹੋ ਤਰੋਵਾ ਮਿਲੇਗਾ ਸਤਰਾ ਦਾ ਰੋਡ ਐਕਸਟਰੂਰਬਾਨੇ ਚ ਮਿਲੇਗਾ ਰਾਫੀਗੁਰਾਤੋ ਦਾ ਮਤਲਬ ਹੁੰਦਾ ਹੈ ਇਹ ਜਿਹੜਾ ਵਿਖਾਇਆ ਜਾ ਰਿਹਾ ਕਟ ਇਹ ਜਿਹੜਾ ਸਿਗਨ ਐਕਸਟਰੂਰਬਾਨੀ ਆਬਾਦੀ ਤੋਂ ਬਾਹਰ ਤੇ ਉਹ ਨੀਲੇ ਹੁੰਦੇ ਨੇ ਪਤਾ ਹੈ ਨਾ ਇਹ ਜਿਹੜਾ ਸਿਗਨਲ ਦੇਖ ਰਹੇ ਹੋ ਕਹਿੰਦਾ ਕੁਮੇ ਲਾਸ਼ਾਰੇ ਕੰਜ ਲਾਣੀ ਇਹ ਗੱਡੀ ਸੋਸਤਾ ਪਾਰਕਿੰਗ ਸੋਸਤਾ ਤੇ ਇਸ਼ਾਰਾ ਤੀ ਬਚਿਆ ਭਾਈ ਫਾਲਸ ਉਹ ਚ ਜ਼ਿਆਦਾ ਯੂਜ਼ ਹੁੰਦਾ ਹੈ ਫਿਰ ਇੰਡੀਕਾਟਿਓ ਆ ਜੋ ਸਿਗਨਲ ਕਹਤਾ ਹੈ ਕਿ ਵੇਇਕੁਲੀ ਧੀਰੇਤੀ ਅੱਛਾ ਧੀਰੇਤੀ ਦਾ ਮਤਲਬ ਹੁੰਦਾ ਤਰਫ ਜਾਨਿਬ ਇਹ ਕਹਿੰਦਾ ਹੈ ਦਿਰੀਤੋ ਹੋਰ ਚੀਜ਼ ਹੈ ਇਹ ਵੀ ਧੀਰੇਤੀ ਹੈ ਤੇ ਇਹ ਇੰਗਲਿਸ਼ ਵਾਲਾ ਆ ਹੈ ਨਾ ਤਰਫ ਮਾਨੀ ਮੈਂ ਲਿਖ ਸੁੜਿਆ ਇਹ ਤਾਂ ਮਾਨੀ ਸਿੱਧਾ ਜਾਣਾ ਨਹੀਂ ਕਰਨਾ ਤਰਫ ਸਾਈਡ ਜਾਨਿਬ ਅੰਦਾ ਜਿਹੜੀ ਗੱਡੀ ਨੇ ਜਾਣੇ ਤਰਫ ਆਸਟ੍ਰੇਲਿਆ ਵਾਲੀ ਤਰਫ ਆਸਟ੍ਰੇਲਿਆ ਵਾਲੀ ਸਾਈਡ ਤੇ ਤੁਰਨਾਰੇ ਦੀ ਇਤਰੋ ਵਾਪਸ ਮੁੜੇ ਇੱਥੇ ਹੈ ਇਸ਼ਾਰਤੀ ਬੱਚਾ ਵਾਪਸ ਮੁੜੋ ਵਾਪਸ ਦਿਨ ਨਾ ਜਾਂਦੇ ਜਵਾਨ ਜਿਸ ਟੰਪੁਰ ਪੈੜ ਕਰੋ ਨਿਕਲ ਪੈਣ ਹੈ ਜੀ ਇਹ ਜਿਹੜਾ ਸਿਗਨਲ ਦੇਖ ਰਹੇ ਹੋ ਕਨ ਸੰਤਿ ਇਜਾਜ਼ਤ ਇਸ ਉਲਟਾਰੇ ਮੁਰੰਦੀ ਸਿਨੀਸਤਰਾ ਲੈਫਟ ਪਹਿਲੇ ਚੌਕ ਚ ਅ ਨਹੀਂ ਕਟਾ ਮਾਰੋ ਪਹਿਲੇ ਚੌਕ ਵਿੱਚ ਸਿਨੀਸਤਰਾ ਨਹੀਂ ਮੁੜ ਸਕਦੇ ਪਹਿਲਾ ਚੌਕ ਦਾ ਸਿਨੀਸਤਰਾ ਬਣਦਾ ਇਹ ਹੈ ਤੇ ਇਧਰਾਂ ਦਾ ਕਨ ਸੰਤਿ ਇਜਾਜ਼ਤ ਹੈ ਕਟਾ ਮੈਂ ਸਟੂਡੈਂਟਸ ਤੁਹਾਡੇ ਦਿਮਾਗ ਦੇ ਹਿਸਾਬ ਨਾਲ ਚੱਲਣਾ ਜਿਹੜਾ ਮਾੜਾ ਸਟੂਡੈਂਟ ਹੈ ਨਾ ਮੇਰਾ ਪੜਿਆ ਵੀ ਨਹੀਂ ਹੈ ਵੀ ਬਿਲਕੁਲ ਅੰਗੂਠਾ ਛਾਪਿਆ ਇਟਾਲੀਅਨ ਵੀ ਨਹੀਂ ਆਂਦੀ ਮੈਂ ਉਹਦੇ ਹਿਸਾਬ ਨਾਲ ਚੱਲਣਾ ਹੁੰਦਾ ਤੇ ਕੋਈ ਗੱਲ ਨਹੀਂ ਇਨਸ਼ਾਅੱਲਾ ਤਗੜੇ ਵੀ ਨਿਕਲ ਜਾਣਗੇ ਮਾੜੇ ਵੀ ਨਿਕਲ ਜਾਣਗੇ ਤਗੜੇ જરા ਸਬਰ ਕਰ ਲੈਣ ਹੈ ਜੀ ਇੰਦੀਕਾ ਤੇ ਅੱਜ ਸਿਗਨਲ ਕਹਤਾ ਹੈ ਕਿ ਕੂਮੇ ਕਿਸ ਤਰ੍ਹਾਂ ਉਸੀਰੇ ਬਾਹਰ ਨਿਕਲਣੇ ਚੇਂਤੂ ਕਮਰਚਿਅਲੇ ਇਸ ਸੈਂਟਰ ਚੋਂ ਜਿਹੜਾ ਸ਼ਹਿਰ ਦਾ ਕਮਰਸ਼ੀਅਲ ਸੈਂਟਰ ਇਹਦੇ ਚੋਂ ਬਾਹਰ ਕਹਿੰਜ ਨਿਕਲਣਾ ਹੈ ਫਾਲਸੋ ਸਿਗਨਲ ਤੇ ਐਂਟਰੀ ਦਿਖਾਲ ਖੜ ਰਿਹਾ ਹੈ ਉਸ਼ੀਰੇ ਪਿਛਲੇ ਪੇਚ ਵੀ ਗਲਤ ਕਰੋ ਇਹਦੇ ਚ ਵੀ ਗਲਤ ਕਰੋ ਬਾਹਰ ਕਹਿੰਜ ਨਿਕਲਣਾ ਹੈ ਫਿਰ ਪਰੇ ਨੂੰ ਉੱਚਾ ਤੱਕ ਆ ਜੋ ਕਿ ਸਿਗਨਲ ਜਿਹੜਾ ਦਿਖਾਇਆ ਗਿਆ ਕਹਿੰਦਾ ਹੈ ਐ ਡਾਇਰੈਕਸ਼ਨ ਇਨਗ੍ਰੇਸ ਹੋ ਐਂਟਰੀ ਐ ਆਟੋਸਟ੍ਰੀਟ ਦੀ ਨਹੀਂ ਜੀ ਆਟੋਸਟ੍ਰੀਟ ਤਾਂ ਕੋਈ ਜ਼ਿਕਰ ਹੀ ਨਹੀਂ ਹੋ ਗ੍ਰੀਨ ਹੋਣਾ ਸੀ ਕੁਝ ਲਿਖਾਈ ਜਿਲੀ ਹੁੰਦੀ ਨਾ ਤੇ ਆਟੋਸਟ੍ਰੀਟ ਵੀ ਐਫ ਹੋ ਗਿਆ ਨਾਲੇ ਵੀਰੂ ਚ ਅਸੀਂ ਨਹੀਂ ਪੜਿਆ ਠੀਕ ਹੈ ਜੀ ਐਫ ਵਾਲੇ ਨੂੰ ਦੁਬਾਰਾ ਨਜ਼ਰ ਮਾਰ ਲੈਨੇ ਆ ਆਂਦਾ ਆਬਾਦੀ ਤੋਂ ਬਾਹਰ ਦਾ ਸਾਈਨ ਬੋਰਡ ਹੈ ਨਹੀਂ ਜੀ ਫਾਲਸੋ ਵਾਈਟ ਹੈ ਅ ਰ ਇਹਦੇ ਸਾ ਜੀ ਪਾਰਕਿੰਗ ਦੀ ਇਨਫੋਰਮੇਸ਼ਨ ਦਿੱਤੀ ਜਾ ਰਹੀ ਹੈ ਫਾਲਸੋ ਐ ਜੀ ਵਾਪਸ ਮੁੜੋ ਫਾਲਸੋ ਅ ਇਜਾਜ਼ਤ ਹੈ ਪਹਿਲੇ ਚੌਕ ਚੁੱਕ ਖੱਬੇ ਮੁੜ ਸਕਦੇ ਹੋ ਲੈਫਟ ਫਾਲਸੋ ਅ ਜੀ ਚੈਂਤਰੋਂ ਚੁ ਬਾਹਰ ਕਿ ਨਿਕਲਣੇ ਦੱਸਿਆ ਜਾ ਰਿਹਾ ਫਾਲਸੋ ਆਟੋ ਸਟਡੀ ਦੀ ਐਂਟਰੀ ਵੀ ਦਬਾਰੇ ਵੀ ਇਨਫੋਰਮੇਸ਼ਨ ਦਿੱਤੀ ਹੈ ਫਾਲਸੋ ਸੜਾ ਸਬਕ ਰੁਕਿਆ ਭਾਈ 200 352 ਕੋਸ਼ਿਸ਼ ਇਹ ਕਰਿਆ ਕਰੋ ਲਿਖਿਆ ਵੀ ਕਰੋ ਸਟੂਡੈਂਟ ਨੂੰ ਪੁੱਛੀਏ ਨਾ ਅੱਜ ਕਿੱਥੇ ਕਿੰਨਾ ਸਬਕ ਕਿੱਥੋਂ ਸ਼ੁਰੂ ਕੀਤਾ ਹੈ ਯਾਦ ਨਹੀਂ ਹੁੰਦਾ ਕਈ ਵਾਰੀ 319 ਤੋਂ ਸ਼ੁਰੂ ਹੋਇਆ ਤੇ 352 ਤੇ ਖਤਮ ਹੋਇਆ ਹੈ ਨਾ ਇਹ ਨੋਟ ਕਰਿਆ ਕਰੋ ਫਿਰ ਬਾਅਦ ਤੁਸੀਂ ਫੇਰਾ ਦੇਣਾ ਹੁੰਦਾ ਹੈ ਐਂ ਜਾ ਕੇ ਪਿੱਛੇ ਥੋੜਾ ਹਿੰਮਤ ਕਰੋ ਇਹਨੂੰ ਐਡਾ ਮੁਸ਼ਕਿਲ ਨਾ ਸਮਝੋ ਭਾਈ ਐਂ ਜਾ ਕੇ ਪਿੱਛੇ ਗਿਆ ਜਨਾਬ ਵਾਲਾ